ਵੀਅਰਸ, ਵੈਲਕਮ ਬੈਕ ਇਨ ਅਵਰ ਪ੍ਰੋਗਰਾਮ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਆਈ ਹੈ ਸੁਖਮਨ ਕੌਰ ਜੀ ਦੀ, ਪੰਜਾਬ ਤੋਂ। ਇਹ ਲਿਖਦੇ ਹਨ, TV84 ਦੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਅਸੀਂ ਨਵਾਂ ਸਾਲ ਗੁਰੂ ਘਰ ਵਿਖੇ ਗਚਕ ਰਿਓੜੀਆਂ ਖਾ ਕੇ ਮਨਾਇਆ। TV84 ਦਾ ਨਵਾਂ ਸਾਲ ਕਿਵੇਂ ਰਿਹਾ? ਪਰਮਜੀਤ ਸਿੰਘ, ਪੰਜਵੜ ਦੇ ਖਿਲਾਫ ਚੰਡੀਗੜ੍ਹ ਪੁਲਿਸ ਨੇ 29 ਦਸੰਬਰ ਨੂੰ ਵਾਰੰਟ ਜਾਰੀ ਕਰ ਦਿੱਤੇ ਹਨ। ਪੰਜਵੜ ਨੂੰ 17 ਫਰਵਰੀ ਤੋਂ ਪਹਿਲਾਂ ਕੋਰਟ ਸਾਹਮਣੇ ਪੇਸ਼ ਕੀਤਾ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਪੰਜਾਬ 'ਚ ਡਰੱਗਸ ਦੀ ਸਮਗਲਿੰਗ 'ਚ ਉਸ ਦਾ ਹੱਥ ਹੈ। ਪੁਲਿਸ ਕਹਿੰਦੀ ਹੈ ਕਿ ਰਤਨਦੀਪ ਸਿੰਘ ਨੇ ਇਹ ਗੱਲ ਕੈਮਰੇ ਤੇ ਮੰਨੀ ਹੈ। ਕੀ ਇਸ ਖਬਰ ਤੇ ਹੋਰ ਜਾਣਕਾਰੀ ਹੈ ਤੁਹਾਡੇ ਕੋਲ? ਕਿਰਪਾ ਕਰਕੇ ਸਾਂਝੀ ਕਰੋ ਜੀ। ਜਿਹੜਾ ਰੇਡੀਓ ਸਟੇਸ਼ਨ ਅੰਮ੍ਰਿਤਸਰ ਬਾਰਡਰ ਨੇੜੇ ਲਾਇਆ ਗਿਆ ਹੈ, ਉਸ ਉੱਪਰ ਲਾਹੌਰ ਦੇ ਰੇਡੀਓ ਸਟੇਸ਼ਨ ਦਾ ਪੂਰਾ ਗਲਬਾ ਬਣ ਗਿਆ ਹੈ। ਅੰਮ੍ਰਿਤਸਰ ਅਜੇ ਵੀ 4 ਕਰੋੜ ਰੁਪਏ ਦੇ ਫੰਡ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਰੇਡੀਓ ਸਟੇਸ਼ਨ ਸ਼ੁਰੂ ਕੀਤਾ ਜਾ ਸਕੇ। ਮੈਂ ਸੁਣਿਆ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਬਾਰਡਰ ਤੇ ਤਾਲਿਬਾਨ ਰੇਡੀਓ ਚੱਲਦਾ ਹੈ। ਪਾਕਿਸਤਾਨ ਸਰਕਾਰ ਉਸ ਰੇਡੀਓ ਦੇ ਪ੍ਰਸਾਰ ਨੂੰ ਰੋਕਣ ਲਈ ਅਜੇ ਤੱਕ ਜੂਝ ਰਹੀ ਹੈ। ਇਹ ਮੈਂ ਵੌਇਸ ਆਫ ਅਮਰੀਕਾ ਦੀ ਉਰਦੂ ਸਰਵਿਸ ਰੇਡੀਓ ਤੇ ਸੁਣਿਆ ਸੀ। ਮੈਂ ਉਮੀਦ ਕਰਦੀ ਹਾਂ ਕਿ ਕਾਸ਼ ਕੋਈ ਸਿੱਖ ਆਵਾਜ਼ ਵੀ ਲਾਹੌਰ ਤੋਂ ਪ੍ਰਸਾਰਿਤ ਹੋ ਰਹੀ ਹੁੰਦੀ। ਮੈਨੂੰ ਅਮਰੀਕਾ 'ਚ ਨਸਲੀ ਭੇਦਭਾਵ ਖਿਲਾਫ਼ ਚੱਲ ਰਹੀ ਮੁਹਿੰਮ 'ਚ ਬਣੀ ਕੈਂਟ ਬਰੀਥ ਟੀ ਸ਼ਰਟ ਬੜੀ ਪਸੰਦ ਆਈ। ਮੈਂ ਸੋਚਦੀ ਹਾਂ ਕਿ ਅਸੀਂ ਵੀ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਇੱਦਾਂ ਦੀਆਂ ਟੀ ਸ਼ਰਟਸ ਬਣਾਈਏ। ਧਰਮ ਪਰਿਵਰਤਨ ਦਾ ਮੁੱਦਾ, ਪਹਿਲਾਂ ਇਸ ਮੁੱਦੇ ਨੇ SGPC ਅਤੇ ਅਕਾਲ ਤਖ਼ਤ ਸਾਹਿਬ ਦੀ ਬੜੀ ਸਪਸ਼ਟ, ਹਾਸੋਹੀਣੀ ਅਤੇ ਦੁਖਦਾਈ ਦਿੱਖ ਸਾਹਮਣੇ ਲਿਆਂਦੀ ਹੈ। ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਢਾਹ ਲੱਗੀ ਹੈ। ਉਹ ਕੀ ਕਹਿ ਸਕਦੇ ਹਨ? ਬਸ ਇਹੀ ਕਿ ਅਸੀਂ ਮਾਮਲੇ ਦੀ ਜਾਂਚ ਕਰਾਂਗੇ। ਜਦਕਿ ਹੋਰ ਵਿਦਵਾਨ ਇਸ 'ਤੇ ਸਵਾਲੀਆ ਨਿਸ਼ਾਨ ਲਾ ਰਹੇ ਨੇ ਕਿ ਧਰਮ ਵਿੱਚ ਉਹ ਤਾਂ ਆਉਂਦੇ ਜੇ ਉਹ ਅੰਮ੍ਰਿਤ ਛਕਦੇ। ਦੂਜਾ, ਧਰਮ ਜਾਗਰਣ ਮੰਚ ਦੇ ਲੀਡਰ ਰਾਮ ਗੋਪਾਲ ਨੇ ਕਿਹਾ ਹੈ ਕਿ SGPC ਮੈਂਬਰ ਕਿਰਨਜੋਤ ਕੌਰ ਨੇ ਇਸ ਧਰਮ ਪਰਿਵਰਤਨ ਦੇ ਕਾਰਜ 'ਚ ਉਹਨਾਂ ਦੀ ਮਦਦ ਕੀਤੀ ਸੀ। ਕਿਰਨਜੋਤ ਕੌਰ ਨੇ ਇਹ ਵੀ ਕਿਹਾ ਹੈ ਕਿ SGPC ਸਿੱਖਇਜ਼ਮ ਨੂੰ ਪ੍ਰਮੋਟ ਕਰਨ 'ਚ ਅਸਫਲ ਰਹੀ। ਇਸ 'ਚ ਕਿੰਨੀ ਕੁ ਸੱਚਾਈ ਹੈ? ਤੀਸਰਾ, ਹੋਰ ਧਰਮ ਤਬਦੀਲ ਤਰਨ ਤਾਰਨ ਦੇ ਪਿੰਡ ਭੋਰਾ ਕੋਨਾ 'ਚ ਹੋਏ, ਰਾਮ ਗੋਪਾਲ ਨੇ ਕਿਹਾ ਹੈ ਕਿ ਉਹਨਾਂ ਨੇ 5 ਪਰਿਵਾਰਾਂ ਦਾ ਧਰਮ ਤਬਦੀਲ ਕਰਨ ਤੋਂ ਪਹਿਲਾਂ ਖੇਮ ਕਰਨ ਦੇ 32 ਪਿੰਡਾਂ 'ਚ ਮਾਰਚ ਕੱਢਿਆ ਸੀ। ਚੌਥਾ, ਬਾਦਲ ਦਾ ਰਿਐਕਸ਼ਨ ਬੜਾ ਹੈਰਾਨੀਜਨਕ ਹੈ। ਬੜਾ ਹਾਸਾ ਆਇਆ ਦੇਖ ਕੇ ਕਿ ਇੱਕ ਪਾਸੇ ਬਾਦਲ ਕ੍ਰਿਸਮਸ ਮੌਕੇ ਈਸਾਈਆਂ ਨੂੰ ਕਬਰਸਤਾਨ ਲਈ ਜ਼ਮੀਨ ਦੇਣ ਦੇ ਦਾਅਵੇ ਕਰ ਰਿਹਾ ਹੈ ਅਤੇ ਹੋਰ ਇਲਾਕਿਆਂ 'ਚ ਗਿਰਜਾਘਰ ਬਣਾਉਣ ਲਈ ਜ਼ਮੀਨ ਦੇਣਗੇ, ਅਤੇ ਦੂਜੇ ਪਾਸੇ RSS ਗਰੀਬ ਸਿੱਖਾਂ ਨੂੰ ਈਸਾਈਆਂ 'ਚ ਰਲਗੜ ਹੋਣ ਤੋਂ ਬਚਾ ਰਹੀ ਹੈ। ਪੰਜਵਾਂ, ਅਕਾਲ ਤਖ਼ਤ ਸਾਹਿਬ ਅਤੇ SGPC ਨੇ ਧਿਆਨ ਭੜਕਾਉਣ ਲਈ ਹੋਰ ਵੰਡੀਆਂ ਪਾਉਣ ਵਾਲੇ ਮੁੱਦੇ ਚੁੱਕ ਲਏ ਹਨ, ਜਿਵੇਂ ਕਿ ਪਹਿਲਾ ਨਾਨਕਸ਼ਾਹੀ ਕੈਲੰਡਰ ਅਤੇ ਸੰਵਿਧਾਨ ਦੀ ਧਾਰਾ 25 'ਚ ਸੋਧ ਕਰਨ ਦਾ ਮੁੱਦਾ, ਦੂਸਰਾ ਰਾਮ ਰਹੀਮ ਦੀ ਫਿਲਮ 'ਤੇ ਬੈਨ, ਤੀਸਰਾ ਜਥੇਦਾਰ ਆਨੰਦਗੜ੍ਹ ਨੂੰ ਲਾਂਭੇ ਕਰਨ ਦੀ ਨੀਤੀ। ਛੇਵਾਂ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਬਠਿੰਡਾ ਵਿਖੇ 1 ਜਨਵਰੀ ਨੂੰ 200 ਈਸਾਈਆਂ ਨੂੰ ਹਿੰਦੂ ਬਣਾਉਣ ਦੇ ਸਮਾਗਮ ਦਾ ਪ੍ਰਬੰਧ ਕੀਤਾ। ਸੱਤਿਆ ਨਾਰਾਇਣ ਮੰਦਿਰ 'ਚ ਕੁਝ ਕੁ ਨੂੰ ਸਿੱਖਾਂ 'ਚ ਵੀ ਤਬਦੀਲ ਕਰਨਗੇ। ਧੰਨਵਾਦ ਜੀ ਲੀਡਰ ਸਾਹਿਬ। ਭੈਣ ਜੀ, ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ, ਉਹਨਾਂ ਨੇ ਸਾਨੂੰ ਲਿਖਿਆ। ਉਹਨਾਂ ਨੂੰ ਵੀ ਨਵਾਂ ਵਰਾ ਮੁਬਾਰਕ। ਔਰ ਉਹਨਾਂ ਨੇ ਹੁਣ ਗਚਕ ਤੇ ਰਿਓੜੀਆਂ ਕਿਹਾ, ਜਾਂ ਤਾਂ ਸਾਡੇ ਲਈ ਵੀ ਘਲਾ ਦਿੰਦੇ, ਲੇਕਿਨ ਸਾਨੂੰ ਖੁਸ਼ੀ ਹੈ ਕਿ ਸਾਡੇ ਦਰਸ਼ਕ ਦੂਰ ਦੂਰ ਤੱਕ ਬੈਠੇ, ਜਦੋਂ ਨਵਾਂ ਵਰਾ ਵੀ ਮਨਾ ਰਹੇ ਸੀ, ਗਚਕ ਰਿਓੜੀਆਂ ਵੀ ਖਾ ਰਹੇ ਸੀ, ਤਾਂ ਉਹਨਾਂ ਨੂੰ TV84 ਯਾਦ ਸੀ। ਔਰ ਉਹਨਾਂ ਨੇ ਸਾਨੂੰ ਵੀ ਪੁੱਛਿਆ ਵੀ ਕਿਵੇਂ ਅਸੀਂ ਕੀਤਾ। ਅਮਰੀਕਾ 'ਚ ਗਜਕ ਰਿਓੜੀਆਂ ਤਾਂ ਇੱਥੇ ਨਹੀਂ ਨਜ਼ਰ ਆਈਆਂ, ਉਹ ਤਾਂ ਹੈ ਕਿਤੇ ਡੋਸੇ, ਕਿਤੇ ਕੋਈ ਹੋਰ ਗੁਰਦੁਆਰਿਆਂ 'ਚ ਥਾਉ ਥਾਈ ਸੀ। ਅਸੀਂ ਨਵੇਂ ਸਾਲ ਦੇ ਮੌਕੇ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਗੁਰਦੁਆਰਾ ਸਾਹਿਬ 'ਚ ਹੀ ਜਿਹੜੀ ਹੈ ਉਹ ਸਾਰੀ ਸ਼ਾਮ ਗੁਜ਼ਾਰੀ। ਤੁਸੀਂ ਡਿਫਰੈਂਟ ਗੁਰਦੁਆਰਾ ਸਾਹਿਬ 'ਚ ਗਏ ਹੋ, ਦੂਸਰੀ ਟੀਮ ਦੇ ਸਾਡੇ ਮੈਂਬਰ ਕੋਈ ਨਿਊਜਰਸੀ ਗੁਰਦੁਆਰਾ ਸਾਹਿਬਾਨ 'ਚ ਸਨ, ਪਰ ਇੱਕ ਚੰਗਾ ਰੁਝਾਨ ਹੈ ਕਿ ਇਹ ਸਾਰੇ ਪਾਸੇ ਹੀ ਜਿਹੜਾ ਹੈ ਉਸ ਦਿਨ ਦੇ ਮੌਕੇ ਸਿੱਖ ਸੰਗਤਾਂ ਗੁਰੂ ਦੀ ਗੋਦ ਦੇ ਵਿੱਚ ਜੁੜਦੀਆਂ ਨੇ। ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦਾ ਲਗਭਗ 2-2.5 ਘੰਟੇ ਦਾ ਪ੍ਰੋਗਰਾਮ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਸਨ, ਉਹ ਸਾਡੀ ਟੈਕਨੀਕਲ ਟੀਮ ਨੇ ਰਿਕਾਰਡ ਕੀਤਾ, ਔਰ ਆਉਣ ਵਾਲੇ ਦਿਨਾਂ 'ਚ ਅਸੀਂ ਉਹ ਸਾਰਾ ਪ੍ਰੋਗਰਾਮ ਸਾਂਝਾ ਵੀ ਕਰਾਂਗੇ ਦਰਸ਼ਕਾਂ ਨਾਲ, ਅਤੇ ਫਿਰ ਭੈਣ ਜੀ ਦੇਖ ਸਕਦੇ ਨੇ ਵੀ ਅਸੀਂ ਕਿਵੇਂ ਸੈਲੀਬ੍ਰੇਟ ਕੀਤਾ ਇਸ ਦਿਨ ਨੂੰ। ਉਹਨਾਂ ਨੇ ਬੜੀ ਜਾਣਕਾਰੀ ਭਰਪੂਰ, ਉਹਨਾਂ ਦੀ ਲਿਖਤ ਐਜ਼ ਆਲਵੇਜ਼ ਹੁੰਦੀ ਹੈ,
ਉਹਨਾਂ ਨੇ ਪਹਿਲਾਂ ਤਾਂ ਖਬਰ ਦਾ ਜ਼ਿਕਰ ਕੀਤਾ ਜਿਹੜੀ ਮੀਡੀਆ 'ਚ ਆਈ ਜਦੋਂ ਰਤਨਦੀਪ ਸਿੰਘ ਨੂੰ ਫੜਿਆ ਮਲੇਸ਼ੀਆ ਤੋਂ ਜਾਂ ਥਾਈਲੈਂਡ ਤੋਂ ਕਿਤੋਂ ਲੈ ਕੇ ਆਏ ਔਰ ਉਹਦੇ ਨਾਂ 'ਚ ਉਦੋਂ ਹੀ ਇਹ ਖਬਰ ਆ ਗਈ ਸੀ ਜੀ ਕਿ ਉਹਨਾਂ ਨੇ ਕਿਉਂਕਿ ਇਹ ਹਕੂਮਤ ਨੂੰ ਲੱਗਦਾ ਹੈ ਕਿ ਇਹਦੇ ਬਾਵਜੂਦ ਅਸੀਂ ਹਜ਼ਾਰਾਂ ਸਿੱਖ ਨੌਜਵਾਨ ਮਾਰੇ ਨੇ ਪੰਜਾਬ ਦੇ ਵਿੱਚ ਪੂਰੀ ਸਰਵੇਲੈਂਸ ਦੇ ਥੱਲੇ ਹਰਾਸਮੈਂਟ ਵੀ ਚੱਲ ਰਹੀ ਹੈ ਪਰ ਔਰ ਬਦਨਾਮ ਕਰਨ ਦੇ ਲਈ ਵੀ ਉਹਨਾਂ ਨੇ ਪੂਰਾ ਢਿੱਲ ਲਾਇਆ ਪਰ ਉਹਨਾਂ ਨੂੰ ਲੱਗਦਾ ਵੀ ਅਜੇ ਵੀ ਜਿਹੜੇ ਥੋੜ੍ਹੇ ਬਹੁਤ ਬੀਤੇ ਪੀਰੀਅਡ ਦੇ ਸਿੰਬਲ ਮੂਵਮੈਂਟ ਦੇ ਬਾਕੀ ਨੇ ਉਹਨਾਂ ਨੂੰ ਕਿਵੇਂ ਬਦਨਾਮ ਕੀਤਾ ਜਾਏ ਔਰ ਉਹਨਾਂ ਸਿੰਬਲਸ 'ਚੋਂ ਭਾਈ ਪਰਮਜੀਤ ਸਿੰਘ ਪੰਜਵਾੜੀ ਇੱਕ ਨਾਂ ਹੈ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਨੇ ਔਰ ਉਹਨਾਂ ਦੇ ਉੱਤੇ ਜਿਹੜਾ ਰਤਨਦੀਪ ਦਾ ਨਾਂ ਇਸਤੇਮਾਲ ਕਰਕੇ ਕੇਸ ਰਜਿਸਟਰ ਕੀਤਾ ਗਿਆ ਕਿ ਜੀ ਉਹ ਪਾਕਿਸਤਾਨ 'ਚ ਬੈਠੇ ਨੇ ਅਤੇ ਉੱਥੋਂ ਜਿਹੜੀ ਹੈ ਡਰੱਗ ਭੇਜਣ ਦੇ ਵਿੱਚ ਉਹਨਾਂ ਦਾ ਜਿਹੜਾ ਉਹ ਹੱਥ ਹੈ ਸੋ ਅਸੀਂ ਸਮਝਦੇ ਹਾਂ ਕਿ ਵੀ ਇਹੀ ਖਬਰ ਇਸ ਤੋਂ ਜ਼ਿਆਦਾ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਕਨਕੋਕਟਿਡ ਸਟੋਰੀ ਹੈ ਝੂਠੀ ਕਹਾਣੀ ਹੈ ਔਰ ਜਦੋਂ ਹੁਣ ਉਹਨਾਂ ਨੂੰ 17 ਜਨਵਰੀ ਉਹਨਾਂ ਦੀ ਪਾਈ ਹੈ ਡੇਟ ਨਹੀਂ ਹੋਏਗੀ ਫਿਰ ਆਲਰੇਡੀ ਜਿਹੜੀ ਇੱਕ ਲਿਸਟ ਇੰਡੀਅਨ ਗੌਰਮੈਂਟ ਨੇ ਪਾਕਿਸਤਾਨ ਗੌਰਮੈਂਟ ਨੂੰ ਦਿੱਤੀ ਸੀ ਮੁਸ਼ਰਫ ਦੇ ਜ਼ਮਾਨੇ 'ਚ ਕਿ ਜੀ ਇਹ 20 ਬੰਦੇ ਜਿਹੜੇ ਨੇ ਵਾਂਟਡ ਨੇ ਇਹਨੂੰ ਸਾਨੂੰ ਭੇਜੋ ਐਕਸਟ੍ਰਾਡਾਈਟ ਕਰੋ ਇੰਡੀਆ 'ਚ ਉਹਨਾਂ 'ਚ 15 ਜਿਹੜੇ ਨੇ ਉਹ ਮੁਸਲਮਾਨ ਔਰ 5 ਸਿੱਖ ਜਿਹੜੇ ਖਾਲਿਸਤਾਨੀ ਐਕਟੀਵਿਸਟ ਨੇ ਸੋ ਜ਼ਾਹਰ ਹੈ ਵੀ ਇਸ ਕੇਸ ਨੂੰ ਆਧਾਰ ਬਣਾ ਕੇ ਹੋ ਸਕਦਾ ਕਿ ਵੀ ਹੋਰ ਇੱਕ ਵਾਰੀ ਫਿਰ ਉਹਨਾਂ ਨੂੰ ਮੰਗਣ ਪਾਕਿਸਤਾਨ ਨੂੰ ਕਹਿਣ ਕਿ ਜੀ ਸਾਡੇ ਹਵਾਲੇ ਕਰੋ ਦੇਖੋ ਇਹ ਤਾਂ ਇੰਟਰਨੈਸ਼ਨਲ ਟੈਰਰਿਜ਼ਮ ਦੇ ਥੱਲੇ ਜਿਹੜਾ ਉਸ ਦੇ ਨਾਲ ਨਾਲ ਡਰੱਗ ਟ੍ਰੈਫਿਕਿੰਗ 'ਚ ਵੀ ਇਨਵੋਲਵ ਨੇ ਨਹੀਂ ਸੋ ਸਾਨੂੰ ਲੱਗਦਾ ਕਿ ਵੀ ਇਹ ਬਿਗਰ ਗੇਮ ਦਾ ਹਿੱਸਾ ਹੈ ਜਿਹੜਾ ਕਿ ਪਰਮਜੀਤ ਸਿੰਘ ਪੰਜਵੜ ਦੀ ਨੇਮ ਡਰੋਪਿੰਗ ਕੀਤੀ ਗਈ ਹੈ ਉਹਨਾਂ ਨੇ ਰੇਡੀਓ ਸਟੇਸ਼ਨ ਜਿਹੜਾ ਕਿ ਅੰਮ੍ਰਿਤਸਰ 'ਚ ਕੋਈ ਇਹਨਾਂ ਨੇ 4 ਕਰੋੜ ਹੋਰ ਖਰਚ ਕੇ ਉਸ ਨੂੰ ਕਰਨਾ ਸੀ ਕਿ ਵੀ ਲੋਕਾਂ ਤੱਕ ਪਹੁੰਚੇ ਕਿਉਂਕਿ ਇਹ ਉਦੋਂ ਕਾਫੀ ਪਹਿਲਾਂ ਖਬਰਾਂ ਲਵਾਉਂਦੇ ਰਹੇ ਨੇ ਜੀ ਉਹ ਪਾਕਿਸਤਾਨ ਤੋਂ ਜਿਹੜਾ ਰੇਡੀਓ ਹੈ ਲਾਹੌਰ ਤੋਂ ਉਹਦਾ ਪੰਜਾਬੀ ਦਰਬਾਰ ਪ੍ਰੋਗਰਾਮ ਬੜਾ ਜਿਹੜਾ ਉਹ ਪਾਰਟੀਸਨ ਪ੍ਰਚਾਰ ਕਰਦਾ ਹੈ ਖਾਲਿਸਤਾਨ ਦਾ ਪ੍ਰਚਾਰ ਕਰਦਾ ਸੋ ਅਸੀਂ ਸਮਝਦੇ ਹਾਂ ਕਿ ਵੀ ਔਰ ਇਹਨਾਂ ਨੇ ਇਸ ਦੀ ਉਦਾਹਰਣ ਵੀ ਦਿੱਤੀ ਕਿ ਰੇਡੀਓ ਕਿੰਨਾ ਪਾਵਰਫੁੱਲ ਮੀਡੀਆ ਹੈ ਕਿ ਜਿਹੜਾ ਤਾਲਿਬਾਨ ਜਾਂ ਜਿਹਨੂੰ ਮੁੱਲਾ ਰੇਡੀਓ ਵੀ ਕਿਹਾ ਜਾਂਦਾ ਉਹ ਚਲਾਉਂਦੇ ਨੇ ਮੁੱਲਾ ਉਮਰ ਦੇ ਨਾਂ ਥੱਲੇ ਅਫਗਾਨਿਸਤਾਨ ਪਾਕਿਸਤਾਨ ਦੀਆਂ ਪਹਾੜੀਆਂ ਦੇ ਵਿਚਾਲਿਓਂ ਕਿ ਪਾਕਿਸਤਾਨ ਗੌਰਮੈਂਟ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਕਾਮਯਾਬ ਨਹੀਂ ਹੁੰਦੇ ਕਿਉਂਕਿ ਅੱਜ ਕੱਲ੍ਹ ਤਾਂ ਟੈਕਨੋਲੋਜੀ ਇਸ ਕਿਸਮ ਦੀ ਹੈ ਵੀ ਜਿਹੜੀ ਵੀ ਫ੍ਰੀਕੁਐਂਸੀ 'ਤੇ ਉਹ ਜਾ ਰਿਹਾ ਜੇ ਉੱਥੇ ਉਹਨੂੰ ਬਲੌਕ ਵੀ ਕਰ ਦਿੰਦੇ ਨੇ ਤੁਸੀਂ ਉਹਦਾ ਸਿਗਨਲ ਕਿਤੇ ਹੋਰ ਲੈ ਲੈਂਦੇ ਹੋ ਕਿਤੇ ਹੋਰ ਲੈ ਲੈਂਦੇ ਹੋ ਜੀ ਪਰ ਮੈਨੂੰ ਲੱਗਦਾ ਕਿ ਵੀ ਈਵਨ ਉਹ ਰੇਡੀਓ ਅਦਰ ਦੈਨ ਕਿ ਬਾਰਡਰ ਦੇ ਜਿਹੜੇ ਪਿੰਡ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਜਾਂ ਹੋ ਸਕਦਾ ਗੁਰਦਾਸਪੁਰ ਦੇ ਵੀ ਉਹਨਾਂ ਤੋਂ ਬਿਨਾਂ ਉਹਦਾ ਮੈਨੂੰ ਲੱਗਦਾ ਨਹੀਂ ਕੋਈ ਬਹੁਤਾ ਇੰਪੈਕਟ ਹੈ ਪੰਜਾਬ 'ਚ ਹਾਲਾਂਕਿ ਮੈਨੂੰ ਮੇਰੇ ਇਹ ਤਾਂ ਧਿਆਨ 'ਚ ਸੀ ਵੀ ਪੰਜਾਬੀ ਦਰਬਾਰ ਉੱਥੋਂ ਚੱਲਦਾ ਉਸੇ ਰੇਡੀਓ 'ਤੇ ਹੋ ਸਕਦਾ ਹੁਣ ਵੀ ਚੱਲਦਾ ਹੋਏ ਪਰ ਇਸ ਤੋਂ ਵੱਧ ਕੇ ਮੇਰੀ ਇਸ ਬਾਰੇ ਜਾਣਕਾਰੀ ਨਹੀਂ ਹੈ ਉਹਨਾਂ ਨੂੰ ਜਿਹੜੀਆਂ ਨੇ ਕਾਂਟ ਬਰੀਦ ਟੀ ਸ਼ਰਟਸ ਜਿਹੜੀਆਂ ਨੇ ਉਹ ਪਸੰਦ ਨੇ ਔਰ ਉਹ ਚਾਹੁੰਦੇ ਨੇ ਵੀ ਉਸੇ ਪੈਟਰਨ ਦੇ ਉੱਤੇ ਨਾਨਕਸ਼ਾਹੀ ਕੈਲੰਡਰ ਸੰਬੰਧੀ ਵੀ ਜਿਹੜੀ ਹੈ ਸਾਡੀ ਅੱਡਰੀ ਪਛਾਣ ਦੀ ਗੱਲ ਟੀ ਸ਼ਰਟਸ ਹੋਣ ਇੱਥੇ 2 ਬ੍ਰਦਰਸ ਨੇ ਜਿਹੜੇ ਕਿ ਖਾਸ ਤੌਰ 'ਤੇ ਡਿਜ਼ਾਇਨ ਕਰਦੇ ਨੇ ਇਸ ਕਿਸਮ ਦੀਆਂ ਟੀ ਸ਼ਰਟਸ ਅੱਡ ਅੱਡ ਮੌਕਿਆਂ ਦੇ ਉੱਤੇ ਉਹ ਉਸ ਨੂੰ ਵੇਚਦੇ ਵੀ ਨੇ ਸੋ ਮੈਂ ਆਈਡੀਆ ਮੈਨੂੰ ਵੀ ਪਸੰਦ ਹੈ ਜੀ ਸੋ ਉਹਨਾਂ ਨੂੰ ਮੈਂ ਜ਼ਰੂਰ ਇਹ ਆਈਡੀਆ ਦਿਆਂਗਾ ਕਿ ਵੀ ਇਸ ਦੇ ਉੱਤੇ ਉਹ ਕੋਈ ਡਿਜ਼ਾਇਨ ਕਰ ਸਕਦੇ ਨੇ ਬਣਾ ਸਕਦੇ ਨੇ ਬਾਕੀ ਜਿਸ ਤਰੀਕੇ ਨਾਲ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਚੈਲੰਜ ਹੋ ਰਹੀ ਹੈ ਹਾਸੋਹੀਣੀ ਸਥਿਤੀ 'ਚ ਇਹ ਲਿਆ ਰਹੇ ਨੇ ਉਸ ਦੀਆਂ ਉਹਨਾਂ ਨੇ ਉਦਾਹਰਨਾਂ ਵੀ ਦਿੱਤੀਆਂ ਨੇ ਕਿ ਭਾਈ ਕਿਸ ਲੈਵਲ 'ਤੇ ਕਨਵਰਸ਼ਨ ਦੇ ਮਾਮਲੇ 'ਚ ਖਾਸ ਤੌਰ 'ਤੇ ਧਰਮ ਪਰਿਵਰਤਨ ਕਿ ਅਕਾਲ ਤਖ਼ਤ ਦੇ ਜਥੇਦਾਰ ਕਹਿ ਰਹੇ ਜੀ ਅਸੀਂ ਇਨਵੈਸਟੀਗੇਟ ਕਰਾਂਗੇ ਕੋਈ ਸਕਾਲਰ ਕਹਿ ਰਹੇ ਨੇ ਜੀ ਅਸੀਂ ਅੱਗੇ ਹੀ ਜ਼ਿਕਰ ਕੀਤਾ ਕਿ ਉਹਨਾਂ ਕਿਹੜਾ ਅੰਮ੍ਰਿਤ ਛਕਿਆ ਸੀ ਜਾਂ ਸੋ ਇਹ ਵੀ ਜਦੋਂ ਤੁਹਾਡੀ ਈਵਨ ਧਾਰਮਿਕ ਲੀਡਰਸ਼ਿਪ ਨੂੰ ਵੀ ਨਹੀਂ ਪਤਾ ਹੈ ਕਿ ਉਹਨਾਂ ਨੇ ਇਸ ਕਿਸਮ ਦੇ ਸੈਂਸਿਟਿਵ ਔਰ ਖਤਰਨਾਕ ਮੁੱਦੇ ਜਿਹੜੇ ਨੇ ਉਸ 'ਤੇ ਕਿਵੇਂ ਰੀਐਕਟ ਕਰਨਾ ਹੈ ਫਿਰ ਤਾਂ ਇਹ ਹਾਸੋਹੀਣਾ ਵੀ ਹੈ ਔਰ ਦੁਖਦਾਈ ਵੀ ਹੈ ਔਰ ਫਿਰ ਉਹਨਾਂ ਨੇ ਧਰਮ ਜਾਗਰਣ ਮੰਚ ਦੇ ਰਾਮ ਗੋਪਾਲ ਦਾ ਹਵਾਲਾ ਦੇ ਕੇ ਬੀਬੀ ਕਿਰਨਜੋਤ ਕੌਰ ਜਿਹੜੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦੀ ਵੀ ਗੱਲ ਕੀਤੀ ਹੈ ਕਿ ਜੀ ਉਹਨਾਂ ਨੇ ਵੀ ਸਾਡੀ ਮਦਦ ਕੀਤੀ ਹੁਣ ਪਤਾ ਨਹੀਂ ਮੈਂ ਇਹਨਾਂ ਦੀ ਸਟੇਟਮੈਂਟ ਤਾਂ ਨਹੀਂ ਦੇਖੀ ਰਾਮ ਗੋਪਾਲ ਦੀ ਅਤੇ ਨਾ ਹੀ ਕੋਈ ਬੀਬੀ ਕਿਰਨਜੋਤ ਕੌਰ ਦਾ ਡਿਫੈਂਸ ਆਇਆ ਜਾਂ ਕੋਈ ਹੋਰ ਖਬਰ ਆਈ ਹੈ ਸੋ ਇਹ ਵੀ ਮੈਨੂੰ ਇਹਨਾਂ ਦੀ ਲਿਖਤ ਤੋਂ ਹੀ ਪਤਾ ਲੱਗਿਆ ਔਰ ਉਹਨਾਂ ਨੇ ਕਿਹਾ ਵੀ ਇਹ ਗੱਲ ਇਸ ਲੈਵਲ ਤੱਕ ਹੈ ਈਵਨ ਉਹਨਾਂ ਨੇ ਤਰਨ ਤਾਰਨ ਦੇ ਪਿੰਡ ਦਾ ਹਵਾਲਾ ਦੇ ਕੇ ਕਿਹਾ ਵੀ ਉੱਥੇ ਕੁਛ ਪਰਿਵਾਰਾਂ ਨੂੰ ਹੀ ਭਾਵੇਂ ਉਹਨਾਂ ਨੇ ਈਸਾਈ ਬਣਾਇਆ ਪਰ ਪਹਿਲਾਂ ਈਸਾਈ ਤੋਂ ਸਿੱਖ ਬਣਾਇਆ ਪਰ 32 ਪਿੰਡਾਂ ਦੇ ਵਿੱਚ ਉਹਨਾਂ ਦਾ ਮਾਰਚ ਕੱਢਿਆ
ਹੁਣ ਇਹ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਔਰ ਇਹ ਗੱਲ ਬਾਹਰ ਉਦੋਂ ਹੀ ਆਉਂਦੀ ਹੈ ਜਦੋਂ ਕਿ ਉਸ ਨੂੰ ਕੋਈ ਮੇਨ ਸਟ੍ਰੀਮ ਮੀਡੀਆ ਚੁੱਕਦਾ ਪਰ ਜੇ ਹੁਣ 32 ਪਿੰਡਾਂ 'ਚੋਂ ਮਾਰਚ ਨਿਕਲਿਆ ਤਾਂ ਇਹ ਕਿਹੜਾ ਉੱਥੇ ਪੁਲਿਸ ਨੂੰ ਪਤਾ ਨਹੀਂ ਹੈ ਜਾਂ ਲੋਕਾਂ ਨੂੰ ਪਤਾ ਨਹੀਂ ਹੈ ਕਿ ਵੀ ਇਹ ਤੁਸੀਂ ਕਿਉਂ ਇਸ ਕਿਸਮ ਦਾ ਜਿਹੜਾ ਡਿਸਪਲੇ ਅਲਾਓ ਕਰ ਰਹੇ ਹੋ ਜਿਹੜਾ ਕਿ ਮਜ਼ਹਬੀ ਨਫ਼ਰਤ ਫੈਲਾਉਣ ਦਾ ਕਾਰਨ ਬਣ ਸਕਦਾ। ਉਹਨਾਂ ਨੇ ਕਿਹਾ ਵੀ ਦੂਜੇ ਪਾਸੇ ਹਾਸੋਹੀਣੀ ਸਿਚੁਏਸ਼ਨ ਇਹ ਹੈ ਕਿ ਇਹ ਹਿੰਦੂ ਜਾਗਰਣ ਮੰਚ ਹੋਏ, ਰਾਸ਼ਟਰੀ ਸਿੱਖ ਸੰਗਤ ਹੋਏ ਜਾਂ ਬਜਰੰਗ ਦਲ ਹੋਏ, ਇਹ ਤਾਂ ਈਸਾਈਆਂ ਨੂੰ ਹਿੰਦੂ ਜਾਂ ਸਿੱਖ ਬਣਾਉਣ ਦੇ ਲਈ ਔਰ ਉਹਨੂੰ ਪ੍ਰੋਪੇਗੇਟ ਕਰ ਰਹੇ ਨੇ। ਦੂਜੇ ਪਾਸੇ ਬਾਦਲ ਜਿਹੜਾ ਹੈ ਉਹ ਬੜੇ ਬੜੇ ਇਕੱਠ ਕਰ ਰਿਹਾ ਕਿ ਜੀ ਅਸੀਂ ਕਬਰਸਤਾਨ ਦੇ ਲਈ ਥਾਂ ਦਿਆਂਗੇ, ਜਿੱਥੇ ਚਰਚ ਨਹੀਂ ਨੇ ਅਸੀਂ ਚਰਚ ਬਣਾਉਣ ਲਈ ਥਾਂ ਦਿਆਂਗੇ। ਸੋ ਇੱਕ ਵੋਟ ਪੋਲੀਟਿਕਸ ਉੱਧਰ ਚੱਲ ਰਹੀ ਹੈ, ਉਹ ਆਪਣਾ ਈਸਾਈ ਵੋਟ ਬੈਂਕ ਫਰਦਰ ਕੰਸੋਲੀਡੇਟ ਕਰ ਰਿਹਾ, ਉਹਨੂੰ ਵੀ ਲੱਗਦਾ ਵੀ ਬੀਜੇਪੀ ਦੀ ਕੀ ਡਾਇਰੈਕਸ਼ਨ ਹੋ ਸਕਦੀ ਹੈ, ਅਤੇ ਦੂਜੇ ਪਾਸੇ ਇਹ ਆਪਣੇ ਕੰਮੇ ਲੱਗੇ ਹੋਏ ਨੇ। ਔਰ ਫਿਰ SCPC ਦੇ ਹਵਾਲੇ ਨਾਲ ਹੈ ਕਿ ਵੀ ਅਸਲੀ ਇਸ਼ੂ ਚੁੱਕਣ ਦੀ ਥਾਂ 'ਤੇ ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਇਸ਼ੂ ਲੈ ਕੇ ਫਿਰ ਜਿਹੜਾ ਉਹਨੂੰ ਜਿਹੜਾ ਉਸ ਦੇ ਉੱਤੇ ਪੂਰੀ ਸਿਰਫ ਟੋਲ ਕਰਵਾ ਰਹੇ ਨੇ। ਧਾਰਾ 25(b) ਜਿਹੜਾ ਇਸ ਇਸ਼ੂ ਨੂੰ ਚੁੱਕ ਲਿਆ, ਰਾਮ ਰਹੀਮ ਦੀ ਫਿਲਮ ਦੇ ਉੱਤੇ ਪਾਬੰਦੀ ਲਾਓ ਜੀ, ਔਰ ਜਿਹੜਾ ਵਰਸਟ ਪਾਰਟ ਹੈ ਔਰ ਜਿਹਦੇ ਬਾਰੇ ਅਸੀਂ ਵੀ ਚਿੰਤਾ ਤੋਂ ਰਹੇ ਕਿ ਭਾਈ ਜੇ ਇੱਕ ਅੱਧੀ ਆਵਾਜ਼ ਬਰੇਵਰੀ ਦੀ ਔਰ ਨਿਡਰਤਾ ਦੀ ਐਟਲੀਸਟ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ 'ਤੇ ਭਾਵੇਂ ਰਹੇ, ਤਾਂ ਉਹ ਵੀ ਬਾਦਲ ਲੋਇਲਿਸਟ ਹੀ ਨੇ, ਜਥੇਦਾਰ ਬਲਵੰਤ ਸਿੰਘ ਨੰਦਗੜ੍ਹ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ, ਅਤੇ ਉਹਨਾਂ ਨੂੰ ਜਿਹੜਾ ਉਹ ਆਲਮੋਸਟ ਮੈਨੂੰ ਲੱਗਦਾ ਜਿਸ ਤਰੀਕੇ ਨਾਲ ਹੁਣ ਬਠਿੰਡਾ ਔਰ ਨਾਗਲੇ ਮਾਨਸਾ ਜ਼ਿਲ੍ਹਿਆਂ ਦੇ ਸ਼੍ਰੋਮਣੀ ਕਮੇਟੀ ਮੈਂਬਰ ਵੀ ਮਿਲੇ ਨੇ ਉਹਨੂੰ, ਸ਼੍ਰੋਮਣੀ ਕਮੇਟੀ ਨੂੰ ਉਹਨਾਂ ਨੇ ਜਿਹੜਾ ਮੈਮੋਰੈਂਡਮ ਦਿੱਤਾ ਮੱਕੜ ਨੂੰ ਕਿ ਜੀ ਇਹ ਜਥੇਦਾਰ ਨੰਦਗੜ੍ਹ ਨੂੰ ਕੱਢੋ, ਇਹਨੂੰ ਅਕਾਲ ਤਖ਼ਤ 'ਤੇ ਤਲਬ ਕਰੋ, ਆਹ ਕਰੋ ਉਹ ਕਰੋ। ਸੋ ਉਹ ਸਾਰੇ ਹੀ ਬਾਦਲ ਦਲ ਦਾ ਹੀ ਸਾਰਾ ਲਾਣਾ, ਇਹਦਾ ਮਤਲਬ ਹੈ ਵੀ ਅਪਰ ਲੈਵਲ ਦੇ ਉੱਤੇ ਉਹਨਾਂ ਨੇ ਆਪਣਾ ਇੱਕ ਬਣਾ ਲਿਆ ਹੋਇਆ ਫੈਸਲਾ, ਅਤੇ ਤਾਂ ਕਿਉਂਕਿ ਸਿੱਖ ਸੰਗਤਾਂ ਜਥੇਦਾਰ ਨੰਦਗੜ੍ਹ ਦਾ ਸਤਿਕਾਰ ਹੈ, ਇਸ ਨੂੰ ਮੱਦੇਨਜ਼ਰ ਰੱਖਦੇ ਹੋ ਜ਼ਰਾ ਕੇਸ ਨੂੰ ਬਿਲਟ ਕਰ ਰਹੇ ਨੇ ਤਾਂ ਕਿ ਜਸਟੀਫਾਈ ਹੋਏ, ਦੇਖੋ ਜੀ ਅਸੀਂ ਤਾਂ ਨਹੀਂ ਸੀ ਕਰਨਾ ਚਾਹੁੰਦੇ, ਹੁਣ ਤਾਂ ਸ਼੍ਰੋਮਣੀ ਕਮੇਟੀ ਮੈਂਬਰ ਹੈ ਜੀ, ਉਹਨਾਂ ਨੇ RSS ਦੇ ਏਜੰਟ ਕਹਿ ਦਿੱਤਾ ਉਹਨਾਂ ਨੂੰ ਜਿਹਨਾਂ ਨੇ 10ਵੇਂ ਪਾਤਸ਼ਾਹ ਦੇ ਪ੍ਰਕਾਸ਼ ਦੇ ਉੱਤੇ ਨਗਰ ਕੀਰਤਨ ਕੱਢਿਆ ਇਸ ਅਖੌਤੀ ਸੋਧੇ ਹੋਏ ਕੈਲੰਡਰ ਦੇ ਥੱਲੇ। ਸੋ ਅਖੀਰ 'ਚ ਉਹਨਾਂ ਨੇ ਇਹ ਬਠਿੰਡੇ ਦੇ ਮੰਦਰ ਦੇ ਵਿੱਚ ਜਿਹੜਾ 200 ਦੇ ਕਰੀਬ ਫੈਮਿਲੀਜ਼ ਨੂੰ ਉਹਨਾਂ ਨੇ ਸਿੱਖ ਔਰ ਹਿੰਦੂ ਬਣਾਉਣ ਦਾ ਐਲਾਨ ਉਹਦਾ ਹਵਾਲਾ ਦਿੱਤਾ, ਪਰ ਉਹਦੀ ਖਬਰ ਮੈਂ ਅੱਜ ਦੇਖ ਰਿਹਾ ਸੀ ਕਿ ਵੀ ਉਹਨਾਂ ਦਾ ਮੂਵ ਕਾਮਯਾਬ ਨਹੀਂ ਹੋਇਆ, ਕਿਉਂਕਿ ਹੁਣ ਜਿਹੜੀਆਂ ਪਹਿਲੀਆਂ 2-3 ਘਟਨਾਵਾਂ ਹੋਈਆਂ ਨੇ ਉਸ ਤੋਂ ਬਾਅਦ ਇੰਨੀ ਕੁ ਅਲਰਟਨੈਸ ਹੈ ਕਿ ਉੱਥੇ ਕੋਈ ਵੀ ਨਹੀਂ ਪਹੁੰਚਿਆ। ਪਹਿਲਾਂ ਮੀਡੀਆ ਤਾਂ ਪਹੁੰਚ ਗਿਆ, ਉਹਨਾਂ ਨੇ ਕਿਹਾ ਜੀ ਸਵੇਰੇ ਅਸੀਂ ਕਰਾਂਗੇ ਤਾਂ ਆਉਣਗੇ, ਫਿਰ ਦੁਪਹਿਰ ਹੋ ਗਈ, ਫਿਰ ਉਹਨਾਂ ਨੇ ਕਿਹਾ ਕਿ ਜੀ ਇਹ ਏਜੰਸੀਆਂ ਨੇ ਇੰਨਾ ਕੁ ਦਬਾਅ ਪਾ ਕੇ ਲੋਕਾਂ ਨੂੰ ਮੁਕਰਾ ਦਿੱਤਾ ਹੈ ਅਤੇ ਫਲਾਣਾ ਹੈ, ਦੇਖ ਲਓ ਹਾਲ ਸਿੱਖਾਂ ਦਾ, ਅਸੀਂ ਤਾਂ ਉਹਨਾਂ ਨੂੰ ਬਣਾਉਣਾ ਚਾਹੁੰਦੇ ਹਾਂ, ਇਹ ਉਹਨਾਂ ਨੂੰ ਜਿਹੜਾ ਫਲਾਣਾ ਹੀ ਰੱਖਣਾ ਚਾਹੁੰਦੇ ਨੇ, ਔਰ ਇਹ ਕਹਿ ਕੇ ਉਹਨਾਂ ਨੇ ਆਪਣਾ ਪੱਲਾ ਝਾੜ ਲਿਆ। ਪਰ ਜਿਸ ਫੈਨਫੇਅਰ ਦੇ ਨਾਲ ਇਹਨਾਂ ਨੇ ਇਹ ਸ਼ੁਰੂ ਕੀਤਾ ਸੀ, ਘੱਟੋ ਘੱਟ ਇਸ ਮੂਵ ਦੇ ਵਿੱਚ ਉਹਨਾਂ ਦੀ ਫੂਕ ਨਿਕਲੀ ਹੈ। ਪਰ ਨਾਲ ਹੀ ਉਹਨਾਂ ਨੇ ਕਿਹਾ ਜੀ ਅਸੀਂ ਜਨਵਰੀ ਦੀ ਪਤਾ ਨਹੀਂ ਕਿਹੜੀ ਤਰੀਕ ਦਿੱਤੀ ਹੈ, ਹੁਣ ਅਸੀਂ ਹਿੰਦੂ ਬਣਾਵਾਂਗੇ ਜਿਹਨੂੰ ਵੀ ਬਣਾਉਣਾ। ਸੋ ਅਸੀਂ ਸਮਝਦੇ ਹਾਂ ਵੀ ਜਿਹਨੂੰ ਕਹਿੰਦੇ ਨੇ ਟੂ ਕੀਪ ਦਾ ਪੋਟ ਬੋਇਲਿੰਗ, ਇਹ ਜਿਹੜਾ ਇਹਨਾਂ ਦਾ ਏਜੰਡਾ ਉਹ ਅਫਰਾ ਤਫਰੀ ਪੈਦਾ ਕਰਨਾ, ਬੇਯਕੀਨੀ ਪੈਦਾ ਕਰਨਾ, ਔਰ ਇਸ ਹਾਲਾਤ ਦੇ ਵਿੱਚ ਜਦੋਂ ਤੱਕ ਦਿੱਲੀ ਦੀਆਂ ਚੋਣਾਂ ਫਰਵਰੀ 'ਚ ਹੋ ਜਾਣਗੀਆਂ ਉਦੋਂ ਤੱਕ ਇਹਨਾਂ ਨੂੰ ਉੱਥੇ ਵੀ ਸਿੱਖ ਵੋਟਾਂ ਦੀ ਲੋੜ ਹੈ, ਔਰ ਫਿਰ ਹੋ ਸਕਦਾ ਹੈ ਕਿ ਇਹ ਪੰਜਾਬ ਦੇ ਵਿੱਚ ਖੁੱਲ੍ਹ ਕੇ ਦੋ ਹੱਥ ਕਰਨ ਅਕਾਲੀਆਂ ਦੇ ਨਾਲ, ਸਿੱਖਾਂ ਦੇ ਨਾਲ, ਔਰ ਉਦੋਂ ਤੱਕ ਇਹਨਾਂ ਦੀ ਆਪਣੀ ਕਰਾਊਡ 'ਚ ਵੀ ਪੱਗਾਂ ਵਾਲੇ ਕਾਫੀ ਸ਼ਾਮਿਲ ਹੋ ਚੁੱਕੇ ਹੋਣਗੇ, ਆਲਰੇਡੀ ਉਹ ਖਰੀਦ ਰਹੇ ਨੇ, ਸ਼ਾਮਿਲ ਕਰ ਰਹੇ ਨੇ ਜੀ। ਸੋ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਇਸ ਨਾਲ ਬ੍ਰੇਕ, ਵਿਊਅਰਸ ਤੁਸੀਂ ਨਾਲ ਬਣੇ ਰਹੋ, ਮਿਲਦੇ ਹਾਂ ਆਫਟਰ ਦੇ ਸ਼ੋਰਟ ਬ੍ਰੇਕ।